सरकार तक गल पहुंचाओ, अभी बहुत औखे। सुखदेव जी मेरा नाम जी। हाँ जी, की है साडे इत्थे मुल्क मेरा तीन चार मुंडे भी मर गए। अच्छा, गोलियां खड़ोई जे सरकार ने लाइया पहलो क्यों नहीं देन डिया, हुण ओह कित्थे जाणगियां दिहाड़ी तों कुड़ियां मरने भुखे मरन डे। जदों डाक्टरां ने पुछिया डाक्टरां दा की कहना है, ਡਾਕਟਰਾਂ ਦੇ ਪਿੱਛੋਂ ਦਵਾ ਨਹੀਂ ਆਉਂਦੀ, ਪਿੱਛੋਂ ਕਿਉਂ ਨਹੀਂ ਆਉਂਦੀ ਦਵਾ? ਜੇ ਸੁਰ ਸਿੰਘ ਆਉਣ ਡਈ ਆ ਤਾਂ ਸਾਰੇ ਥਾਂ ਦੇ ਆਉਂਦੀ, ਇੱਥੇ ਕਿਉਂ ਨਹੀਂ ਦਵਾਈ? ਕਿੰਨੇ ਦਿਨ ਹੋ ਗਏ ਅੱਜ? ਅੱਜ ਮੇਰੇ ਹਿਸਾਬ ਨਾਲ 6-7 ਦਿਨ ਹੋ ਗਏ, ਇੱਥੇ ਤਾਂ ਕੁੜੇ ਦੋ ਤਿੰਨ ਤਾਂ ਮੁੰਡੇ ਮਰ ਗਏ ਕੱਲ ਪਰਸੋਂ ਦੇ ਵਿਚਾਰੇ। ਕੀ ਮੰਗ ਕਰਦੇ ਤੁਸੀਂ? ਹਾਂਜੀ, ਤੁਸੀਂ ਕੀ ਮੰਗ ਕਰਦੇ? ਮੰਗ ਜਾਂਦੇ ਸਾਨੂੰ ਜਿਹੜੀ ਦਵਾਈ ਲੱਗੀ ਸਾਨੂੰ ਦੇਣ, ਟਾਈਮ ਨਾਲ ਆ ਕੇ। ਜਿੱਦਾਂ ਹੁਣ ਦਿਹਾੜੀ ਕਰਨੀ ਆ ਤੇ 10-12 ਵਜੇ ਤੱਕ 1 ਵਜੇ ਤੇ ਦਿਹਾੜੀ ਅਗਲਾ ਲਾਊ, ਅਗਲੇ ਕਿੰਨੇ ਲਾਉਣੇ? ਕਿੰਨੇ ਨਾਨੀ ਹਾੜੀ ਆਉਂਦੇ ਲੜਦੀ? ਮੇਰਾ ਨਾਂ ਜੀ ਸਰਦਾਰ ਸੁਖਦੇਵ ਸਿੰਘ, ਪਿੰਡ ਜੀ ਪਿੰਡ ਅਲਗੋ ਜੀ। ਇਹ ਕੀ ਮਸਲਾ ਸਾਰਾ ਜੀ? ਮਸਲਾ ਇਹ ਹੈ ਵੀ ਪਹਿਲਾਂ ਵੀ ਲੋਕ ਜ਼ਰਾ ਕਰਦੇ ਕਰਦੇ ਸੀ, ਜਿਸ ਤਰ੍ਹਾਂ ਆਪਦਾ ਕੋਈ ਹੈਗਾ ਸੀ ਮਾੜਾ ਚੰਗਾ ਉਦੋਂ ਕਰਦੇ ਸੀ, ਜਦੋਂ ਇਹ ਨਹੀਂ ਸੀ ਦਿੰਦੇ ਉਦੋਂ ਗੁਜ਼ਾਰਾ ਹੁੰਦਾ ਸੀ ਤੇ ਮੁੜ ਕੇ ਨਾ ਆਖਿਆ ਵੀ ਨਹੀਂ ਤੁਹਾਨੂੰ ਗੋਲੀਆਂ ਮਿਲਿਆ ਕਰਨਗੀਆਂ। ਲੋਕ ਹੁਣ ਉੱਧਰੋਂ ਛੱਡ ਕੇ ਸਾਰਾ ਕੰਮ ਖਰਾਬ ਕਰ ਬੈਠੇ ਤੇ ਹੁਣ ਇੱਧਰ ਆਣ ਕੇ ਤੇ ਸਵੇਰ ਤੋਂ ਆਣ ਕੇ ਤੇ ਲੱਗੇ ਰਹਿੰਦੇ ਲੈਣਾ 'ਚ, ਤੇ ਇਹ ਹੁਣ ਅਗਲੇ ਮੈਨੂੰ ਕਦੀ ਆਖਦੇ ਤੇ ਦਵਾਈ ਨਹੀਂ ਆਈ, ਕਦੀ ਆਖਦੇ ਕਿਸੇ ਨਹੀਂ ਆਈ, ਤੇ ਹੁਣ ਕਿੱਧਰ ਜਾਈਏ? ਅਸੀਂ ਕਿੱਧਰ ਨੂੰ ਜਾਈਏ? ਸਾਨੂੰ 8-10 ਸਾਲ ਹੋ ਗਿਆ ਹਿਸਾਬ ਨਾਲ ਪਿੱਛੋਂ ਦੇ ਖਾਣ ਦੇ, ਤੇ ਅੱਜ ਅਸੀਂ ਕਿਸ ਤਰ੍ਹਾਂ ਚੜ੍ਹਦੀ ਹੁਣ? ਕਿੰਨੇ ਦਿਨ ਹੋ ਗਏ? ਹੋਰ ਕੋਈ ਦਵਾਈਆਂ ਨੂੰ ਅਸਰ ਨਹੀਂ ਕਰਦੀ? ਕਿੰਨੇ ਦਿਨ? ਸਾਨੂੰ ਅੱਜ 10 ਦਿਨ ਹੋ ਗਏ ਰੋਲਦਿਆਂ ਨੂੰ, ਕਦੀ ਕੋਈਆਂ ਦਾ ਇੱਕ ਗੋਲੀ ਲੈ ਜਾਓ ਤੇ ਕਦੀ ਕੋਈਆਂ ਦਾ ਫਲਾਣੀ ਗੱਲ ਲੈ ਜਾਓ, ਤੇ ਕਦੀ ਇਹਦੇ ਦਵਾਈ ਨਹੀਂ ਆਈ, ਤੇ ਕਦੀ ਉਹ ਦਵਾਈ ਮੋਗੀ ਉਹ ਘਰ ਨੂੰ ਚਲੇ ਗਏ ਅਸੀਂ। ਤੁਸੀਂ ਕੀ ਮੰਗ ਕਰਦੇ ਜੀ? ਅਸੀਂ ਮੰਗ ਕਰਦੇ ਵੀ ਸਾਨੂੰ ਜਿਸ ਤਰ੍ਹਾਂ ਇਹਦਾ ਪਹਿਲਾਂ ਜੇ ਨਵੇਂ ਨਵੇਂ ਸ਼ੁਰੂ ਕੀਤਾ ਸੀ ਲੋਕਾਂ ਨੂੰ 8-8 ਦਿਨਾਂ ਦੀ ਵੀ ਦਵਾਈ ਦੇ ਦਿੰਦੇ ਸੀ, ਤਾਂ ਉਹਨਾਂ ਦੇ ਮਾਰ ਦੇਣਾ ਉਹਨਾਂ ਨੂੰ 8-7 ਦਿਨਾਂ ਦੀ ਦਵਾਈ ਦੇ, ਕੰਪਿਊਟਰ ਦੇ ਉਹਨਾਂ ਨੂੰ ਦੱਸਣ ਡਏ ਨੇ ਖਰਾਬ ਕਿਉਂ ਕਰਦੇ ਲੋਕਾਂ ਨੂੰ, ਆਪੇ ਲੋਕੀ ਨਾ ਭੀੜ ਪਾਉਣ ਤੇ ਲੋਕੀ ਲੈ ਜਾ ਕੇ ਘਰ ਤੇ ਖਾਂਦੇ ਰਹਿਣ। ਗੋਲੀ ਖਾਂਦੇ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਜੀ? ਸਾਨੂੰ ਤਾਂ ਆਪਣਾ ਹੋਰ ਵੀ ਨਸ਼ਾ, ਚਲੋ ਬੜਾ ਚੰਗਾ ਖਾਂਦੇ ਹਾਂ, ਗੋਲੀ ਖਾਂਦੇ ਹੁਣ ਤਾਂ ਜਾਂਦੀਆਂ ਨਾ ਮੁੜ ਕੇ, ਗੋਲੀ ਸ਼ੁਰੂ ਕੀਤੀ ਗੋਲੀ ਦੋ ਲੱਗੇ ਖਾਣ, ਪਹਿਲਾਂ ਕੋਈ ਆਪਦਾ ਪੋਤ ਖਾਂਦਾ ਭਾਵੇਂ ਜੋ ਮਰਜ਼ੀ ਖਾਂਦਾ। ਕਿੰਨਾ ਚਿਰ ਹੋ ਗਿਆ ਜੀ ਗੋਲੀ ਖਾਂਦੇ? ਸਾਨੂੰ 2-3 ਸਾਲ ਹੋ ਚੱਲੇ ਗੋਲੀ ਖਾਂਦੇ ਨੂੰ ਸਾਰਾ, ਪਹਿਲਾਂ ਚਲੋ ਦੂਜੀਆਂ ਗੋਲੀਆਂ ਹੋਰ ਵੀ ਕਹੀਆਂ ਕਿ ਉਹ ਗੋਲੀਆਂ ਖਾਂਦੇ ਖੁੰਦੇ ਰਹੇ ਲੋਕ ਸਾਰੇ। ਮੈਨੂੰ 2.5 ਸਾਲ ਹੋ ਗਏ ਦਵਾ ਖਾਂਦੇ ਨੂੰ, ਪਹਿਲਾਂ ਮੈਨੂੰ ਪਿੰਡ ਦੇ ਸਰਪੰਚਾਂ ਨੇ ਚੌਕੇ ਨਾਲ ਸੁਰ ਸਿੰਘ ਖੜਿਆ, ਉਹ ਦਵਾ ਦੀ ਲਾ, ਉਹ ਦਵਾ ਸਾਨੂੰ ਜਿਹੜੀ ਨਾ ਉਹ ਨਸ਼ਾ ਕੋਈ ਦਿੰਦੀ ਨਹੀਂ, ਉਹ 20-25 ਦਿਨ ਹੋ ਗਏ ਹਿਸਾਬ ਨਾਲ ਦਿਖਣੀ, ਅਤੇ 8 ਦਿਨ ਉੱਕਾ ਹੀ ਹੋ ਗਿਆ ਦਵਾ ਆਉਂਦੀ ਨਹੀਂ ਵੀ, ਨੀਂਗੀਆਂ ਨੀਆਂ ਗੋਲੀਆਂ ਦੇ ਕੇ ਮਗਰੋਂ ਲਾਹ ਦਿੰਦੇ ਆ, ਨਾ ਉਹ ਸਾਡੇ ਪੀੜ 3 ਬੰਦੇ ਸਾਡੇ ਉਂਝ ਮਰ ਗਏ, ਉਹ ਜਨਾਨੀਆਂ ਜੇ ਮੇਰੇ ਗਵਾਂਢ ਆ 8 ਮੁੰਡੇ ਜਾ ਕੇ ਮੈਂ ਤੁਹਾਨੂੰ ਆਪ ਖਾ ਦਿੰਦਾ, ਜਿਹੜੇ ਪਏ ਉਹਨੇ ਜਨਾਨੀਆਂ ਲੜ ਕੇ ਘਰੋਂ ਚਲੇ ਗਈਆਂ, ਉਹ ਦਿਹਾੜੀ ਨਹੀਂ ਜਾਂਦੇ, ਜੇ ਗੋਲੀ ਮਿਲ ਤਾਂ ਦਿਹਾੜੀ ਜਾਣ। ਤੁਸੀਂ ਕੀ ਮੰਗ ਕਰਦੇ? ਅਸੀਂ ਇਹੋ ਮੰਗ ਕਰਦੇ, ਸਾਨੂੰ 8-9 ਵਜੇ ਦਵਾ ਮਿਲਿਆ, ਅਸੀਂ ਦਿਹਾੜੀ ਜਾਈਏ, ਉਹ ਕੰਮ ਧੰਦਾ ਕਰੀਏ, 12-1 ਵਜੇ ਜਾਂਦੀਆਂ ਅਤੇ ਸਾਨੂੰ 12-1 ਵਜੇ ਤਾਂ ਘਰੋਂ ਗਾਲਾਂ ਮਿਲਦੀਆਂ, ਪਹਿਲਾਂ ਸਾਨੂੰ ਲਾ ਦਿੱਤੀਆਂ ਚੁੱਕ ਚੁੱਕ, ਹੁਣ ਇਹ ਭੁੱਖੇ ਮਰਨ ਡਏ ਆ, ਨਾ ਕੋਈ ਦਵਾ ਨਾ ਰਹਿਣਾ ਦੇਣਾ, ਇਹ ਮਾਰਦੇ ਸਿਆਪਾ ਮੇੜ ਦੇ ਬੰਦ ਹੀ ਕਰਦੇ ਨੇ, ਛਟੋਰਾਂ ਨੇ ਕਰਦੇ ਨੇ, ਛਟੋਰਾਂ ਤੋਂ ਮੁੱਲ ਲੈ ਲਈਏ, ਐਡੇ ਔਖੇ ਬਹੁਤ ਦੁਖੀ ਇਹਨਾਂ ਦੇ ਹੱਥੋਂ, ਮੈਡਮਾਂ ਨੂੰ ਪੁੱਛੀਦਾ ਮੈਡਮਾਂ ਦੀਆਂ ਦਵਾਈ ਹੋ ਰਹੀਆਂ, ਅਤੇ ਤੁਸੀਂ ਇੱਥੇ ਇਹੋ ਬੇਨਤੀ ਵੀ ਸਾਡੀ ਸਰਕਾਰ ਤੱਕ ਗੱਲ ਪਹੁੰਚਾਓ, ਅਸੀਂ ਬਹੁਤ ਔਖੇ ਹਾਂ, ਸਾਨੂੰ ਦਵਾ ਨਹੀਂ ਮਿਲਦੀ। ਇਹ ਭਾਅ ਜੀ ਤਾਂ ਮੁਰਦਾਦਾਰ ਸਰਕਾਰ, ਪੰਜਾਬ ਸਰਕਾਰ ਵੀ ਗੋਲੀਆਂ ਨਹੀਂ ਇੱਥੇ ਸਾਨੂੰ ਪਹੁੰਚਾ ਰਹੀ। ਕਿਸ ਚੀਜ਼ ਦੀਆਂ ਗੋਲੀਆਂ? ਇਹ ਸੈਂਟਰ ਵਾਲੀਆਂ ਭਾਅ ਜੀ, ਜਿਹੜੀਆਂ ਗੋਲੀਆਂ ਸਾਨੂੰ ਪਹਿਲਾਂ ਮਿਲਦੀਆਂ ਇਹ, ਹੁਣ ਇਹਨਾਂ ਭਾਅ ਜੀ ਲਾ ਦਿੱਤੀਆਂ ਸਾਨੂੰ, ਨਸ਼ਾ ਇਹ ਲਾ ਦਿੱਤਾ ਵਾ, ਅਤੇ ਸਾਰੇ ਕਿਤੇ ਦਵਾਈ ਮਿਲਦੀ ਆ, ਇੱਥੇ ਦਵਾਈ ਨਹੀਂ ਮਿਲਦੀ। ਕਿੰਨੇ ਦਿਨ ਹੋ ਗਏ ਦਵਾਈ? ਇਹ ਭਾਅ ਜੀ ਹੋ ਗਏ 10 ਦਿਨ ਹੋ ਚੱਲੇ ਦਵਾਈ ਇੱਥੇ, ਨਿੱਕੀਆਂ ਗੋਲੀਆਂ ਦੇਣਦੇ ਆ, ਬਾਕੀ ਸਾਰੇ ਕਿਤੇ ਦਵਾਈ ਮਿਲਦੀ। 2-3 ਮਰ ਵੀ ਗਏ। ਤੁਸੀਂ ਕੀ ਮੰਗ ਕਰਦੇ? ਅਸੀਂ ਭਾਅ ਜੀ ਇਹੋ ਮੰਗ ਕਰਦੇ ਹਾਂ ਵੀ ਭਾਅ ਜੀ ਸਾਨੂੰ ਇੱਥੇ ਗੋਲੀਆਂ ਦਿੱਤੀਆਂ ਜਾਣ, ਵੀ ਅਸੀਂ ਆਪਦੇ ਕੰਮਾਂ ਕਾਰਾਂ 'ਤੇ ਜਾਈਏ, ਤੇ ਭਾਅ ਜੀ ਸਾਨੂੰ 4-5 ਦਿਨ ਹੋ ਗਏ, ਨਾ ਅਸੀਂ ਦਿਹਾੜੀ ਜਾਂਦੇ ਹਾਂ, ਨਾ ਅਸੀਂ ਕਿਤੇ ਜਾਂਦੇ, ਤੇ ਅਸੀਂ ਕਰੀਏ ਤੇ ਕਰੀਏ ਕੀ? ਗੋਲੀ ਖਾਂਦੇ ਨੂੰ ਕਿੰਨਾ ਚਿਰ ਹੋ ਗਿਆ? ਸਾਨੂੰ ਭਾਅ ਜੀ 1-1.5 ਸਾਲ ਹੋ ਗਿਆ। ਸਰ ਮੇਰਾ ਨਾਮ ਪ੍ਰਭਜੋਤ ਕੌਰ ਹੈ, ਐਜ਼ ਅ ਕਾਉਂਸਲਰ ਪੋਸਟ ਹੈਗੀ ਮੇਰੀ ਇੱਥੇ, ਆਪਣੇ ਕੋਲ 0.4 ਵਾਲੀ ਟੈਬਲੇਟ ਹੈਗੀ, ਉਹ ਵੀ ਈਵਨ ਕਈ ਪਰਸਨ ਦੀ ਹੈਗੀ ਹੈ, ਕਈਆਂ ਦੀ ਨਹੀਂ ਹੈਗੀ, ਇਹਨਾਂ ਨੂੰ ਆਪਾਂ ਇਹ ਕਹਿ ਰਹੇ ਕਿ ਤੁਸੀਂ ਤਰਨ ਤਰਨ ਜਾ ਕੇ ਉਹ ਕਰਵਾ ਲਿਓ, ਤਾਂ ਕਿ ਤੁਹਾਨੂੰ ਇਹੋ ਹੀ ਮਿਲ ਸਕੇ, ਹੈ ਨਾ, ਅਤੇ ਜਿਹੜੇ 2 mg ਵਾਲੀ ਉਹ ਬਿਲਕੁਲ ਨਿਲ ਹੋਇਆ ਪਿਆ ਸਟੋਕ, ਆਪਣੇ ਡਿਸਟ੍ਰਿਕਟ ਦੇ ਵਿੱਚ ਹੀ ਨਹੀਂ ਹੈਗੀ, ਈਵਨ ਤਰਨ ਤਰਨ ਵੀ ਤੁਸੀਂ ਪਤਾ ਕਰ ਸਕਦੇ ਹੋ। ਮਤਲਬ ਦਵਾਈ ਮਗਰੋਂ ਨਹੀਂ ਆ ਰਹੀ ਜੀ? ਨਹੀਂ ਨਹੀਂ, ਪਿੱਛੋਂ ਨਹੀਂ ਸਟੋਕ ਦੇ ਵਿੱਚ ਹੈਗੀ। ਲੋਕਾਂ ਦਾ ਇਹ ਕਹਿਣਾ ਕਿ ਤੁਸੀਂ ਨਹੀਂ ਦਵਾਈ ਨਹੀਂ ਦੇ ਰਹੇ ਇੱਥੋਂ? ਨਹੀਂ ਸਰ, ਆਪਾਂ ਤਾਂ ਤੁਸੀਂ ਔਨਲਾਈਨ ਹੁਣ ਵੀ ਚੈੱਕ ਕਰ ਸਕਦੇ ਹੋ, ਔਨ ਦਾ ਸਪੋਰਟ ਵੀ, ਹੈ ਨਾ, ਆਪਾਂ ਡਿਊਟੀ 'ਤੇ, ਆਪਾਂ ਡਿਊਟੀ ਤੋਂ ਨਹੀਂ ਦੌੜਦੇ ਪਏ, ਆਪਾਂ 8:30 ਦੇ ਆ ਕੇ ਇੱਥੇ ਬੈਠੇ ਹੋ, ਜਿਹੜੀ ਇਹਨਾਂ ਨੂੰ ਕਹਿ ਰਹੇ ਕਿ ਲੈ ਲਓ
दवाई विषय से लाई पहला चक के लिया गया घर तो अज दवाई बंद कर चुके सानू दवाई नहीं देते लोग दिहाड़ियों के धक्के खाते फिरते इन्हों लोगों का की पहला चुक के लिया तो हम की बने इन्हों का ज नशा लाया जाए ज इन्हों किसी कुछ बने किसी लाने जा दवाई क्यों नहीं आई आँगी इन्हों आप सारे बंद पहला घर तो चक के लिया अज दवाई नहीं दे रहे इन दवाई का कोई की मसला हल होना चाहिए तो चन्नी सरकार ने अज क्यों बंद की है ये सारी दुनिया दिहाड़ियों तो आवाजार बैठी आ पहला क्यों लिया क्यों एडे केंद्र बनाए अज कि गल तो इन्हें बंद कर रहे हैं तो चन्नी सरकार इन्हें क्यों साडा हक गरीबों का खून डे आ फिर पहला ना बंद कर लाते अज बंद कर रहे हैं क्यों बंद की यदा सूँ दसया जाए नहीं तो यदा धरना लगेगा यदा इस तरह विरोध होगा तो विरोध करके चन्नी के बूहे गढ़ तक जावे तो इन पता लगेगा भी अमली कौन की चीज होंगे छे लाख आदमी है तो 6 लाख आदमी अच मर रहा इस आदमी जो भी है ये सब एक थ जुट आ जिथे भी कहे चन्नी के बूहे गढ़ी जावे तो अज तो कह जे इन्हें दवाई बंद करनी है तो इन्हें बूहे गढ़ धरना लाया जाऊगा तो जो नशा छुड़ाऊ केंद्र आ सानू पहलों जदों सरकार नवीं नवीं बनी आ घर चो चुक के लिया ही इतने आइडिया बनाओ तो दूजा नशा ही बंद करना वा अज भीर जी ना तो इतों सानू दवाई मिलती आ असी अज 15 दिन हो गए धक्के खान डे कई बंदे यहो जे भी है जोड़े साढ़े जो दिहाड़ी लाने वाले बेचारे वो सवेर के इतने 5-6 बजे से आ के बह जाते भी साड़ी पहली बारी आऊगी तो अं दवाई लैके दिहाड़ी से जावे तो वीर जी हूँ 10 बजे चले आ साड़ी इत्थे कोई पुछ पड़ताल नहीं है ना कोई साड़ी सार लैन वाला ही आई ये बेनती करते हैं कि जे सानू नहीं गोलियां देनियां तो सरकार औसत की खेती लागू कर दे नाले तो नौजवान पीढ़ी बचूगी ये तो सानू एक नमर्दकरण से उतरे आ किसी ना किसी तरह जिहड़ा सिख कौम का बेड़ा गर्क करन ते उतरे आ बाकी कोई सानू ये नशा नहीं छुड़ाउण डे सानू सगों उल्टा नशे दे विच वाड़न डे आ जे सानू नशा देना ही आ तो सानू चाजना देन सानू क्यों खज्जल खुआड़ करते इतने 50-50 रुपये मुंडे आ जिहड़े तेल बाल के आए आ डेली 50 का तेल बाल के आने तो गाड़ियों सानू आंदे एक दिन की गोली मिलेगी जे लैनी तो ले लो जे नहीं लैनी तो तुम जा सकते जो तो वीर जी जे सानू नहीं भी दवाई देनी तो कृपा करके सानू जवाब दे देन रोज़ धक्के देना खवाउण सर जी 7 बजे आए हैं ठीक है जी काम से जाना दिहाड़ी मर चुकी आ छोटे छोटे बच्चे आ पहले घरों चुके लिया ऐडी बनाओ बनो बचो बचो पर नहीं ना बचाया हूँ इन गोलियां पहला 6 ही 6 तो 4 करतियां 4 तो 3 करतियां इन्ना सुधी कटा के 1 कर कतिया ये तो साढ़े को मसला हल किया जाए नहीं एक भी नहीं मिलती एक जवाब हो गया वा चन्नी सरकार साडे वास्ते कोई ना कोई सोचना चाहिए वा है भावे साड़ी प्रजा वजदा की सब की है क्यों ना चमार आ की है की नहीं बगैर लिखन तो देंदे आ सानू दवाई लिखा के जाइए तां भी दवाई सानू एक दिन दी सर मिलदी आ सर जिहड़ा बार धरना लाया जा रहा है नारेबाजी की जा रही है कि गोलियां नहीं मिलनियां की मसला दवाई असल मसला है कि पिछों दवाई की शॉर्टेज करके पिछों जो गोली आ नहीं रही असं मतलब कि हायर अथॉरिटीज ने ऑलरेडी इनफॉर्म किया तरन तारण ने पिछों अजे दवाई सारे पंजाब के शॉर्टेज करके मतलब हो जाएगी 1-2 दिन तक मसला का हल हो जाएगा जो सर पिछों इनफॉर्मेशन आई वो कहते काफ़ी लंबे समय तो ना बार बार जा रही है पर कह रहे कि अज सानू एक गोली भी नहीं दी जा रही अज इस तरह की मतलब साडे को कल का स्टॉक खत्म हो गया फिर कैरों तो गोली जी हम अभी मतलब लैके आए 500 गोली
जद है हर परेशानी दा हल ता क्यों हो परेशान। दुखी भैन भरावां दे सच्चे हमदर्द पीके आचार्य 8720793359 तांत्रिक विधि नाल पाओ हर परेशानी दा हल 100% गारंटी नाल। गेट योर एक्स लव बैक इन योर लाइफ। परेशानी जिवें के प्रेम ब्याह च रुकावट, पति पत्नी च झगड़ा, सौतन दुश्मन तो छुटकारा, विदेश यात्रा, विदेश च पक्का होना, औलाद सुख, लाटरी नंबर पाओ भावे 649 होवे जां लाटो मैक्स। वशीकरण करवाओ जिसनु चाहो उसनु अपने वस विच करो। प्यार च धोखा खा चुके प्रेमी प्रेमिका एक बार जरूर संपर्क करो। मैं तुहाडा प्यार टुटन नहीं देवांगा। 8720793359